ਕਰਨ ਤੋਂ ਇਤਰਾਜ਼ ਕਰਦੇ ਨੇ। ਸੋ ਕੈਪਟਨ ਸਾਹਿਬ, ਜੇ ਤੁਸੀਂ ਲੋਕਾਂ ਦੀ ਰਾਜਨੀਤੀ ਕਰਨੀ ਸੀ ਤਾਂ ਲੋਕਾਂ ਨਾਲ ਵਾਅਦੇ ਵੀ ਪੂਰੇ ਕੀਤੇ ਹੁੰਦੇ। 2 ਸਾਲਾਂ ਬਾਅਦ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਸੀ, ਆਪ ਹੀ ਪਾ ਦੇਣੀ ਸੀ ਲੋਕਾਂ ਨੇ। ਜੇ ਘਰ ਘਰ ਨੌਕਰੀ ਮਿਲੀ ਹੁੰਦੀ, ਜੇ ਕਰਜ਼ੇ ਮਾਫ਼ ਹੋਏ ਹੁੰਦੇ, ਜੇ 5 ਮਰਲਿਆਂ ਦੇ ਪਲਾਟ ਮਿਲੇ ਹੁੰਦੇ, 2500 ਰੁਪਇਆ ਬੁਢਾਪਾ ਪੈਨਸ਼ਨ ਮਿਲੀ ਹੁੰਦੀ, ਜੇ ਸਮਾਰਟਫੋਨ ਮਿਲੇ ਹੁੰਦੇ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ। PDA ਵੱਲੋਂ ਦੱਸੀ ਦੇ ਸਰਾਜ ਉਤਾਰਿਆ ਗਿਆ, ਉਹਨਾਂ ਨੂੰ ਮੈਂ ਜੀ ਆਇਆ ਮੈਂ ਵੈਲਕਮ ਕਹਿੰਦਾ। ਹਰੇਕ ਨੂੰ ਹੱਕ ਹੈ ਜੀ, ਲੋਕਤੰਤਰਿਕ ਹੱਕ ਹੈ ਹਰੇਕ ਦਾ, ਆਓ। ਜਿਵੇਂ ਵੀ ਆਪਣਾ ਆਮ ਆਦਮੀ ਪਾਰਟੀ ਦਿੱਲੀ ਤੋਂ ਕਹਿ ਜੀ ਵੀ ਅਸੀਂ ਰਾਹੁਲ ਗਾਂਧੀ ਨਾਲ ਸਮਝੌਤਾ ਕਰਾਂਗੇ, ਤੁਹਾਡੇ ਪੰਜਾਬ ਬਾਰੇ ਕੀ ਵਿਚਾਰ ਹੈ? ਨਹੀਂ ਨਹੀਂ ਜੀ, ਦਿੱਲੀ ਦਾ ਵੀ ਜਿਹੜਾ ਸੀਗਾ ਉਹ ਦੇਸ਼ ਵਾਸਤੇ ਉਦੋਂ ਜਿਹੜਾ ਕੁਛ ਕੋਈ ਨੈਸ਼ਨਲ ਲੈਵਲ ਦਾ ਗਠਬੰਧਨ ਬਣਦਾ ਸੀ ਉਹਦੇ ਬਾਰੇ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਦੇ 13 ਸੀਟਾਂ 'ਤੇ ਧੜੱਲੇ ਨਾਲ ਲੜੂਗੀ। ਅਸੀਂ ਕਾਂਗਰਸ ਦੀਆਂ ਵਾਅਦਾ ਖਿਲਾਫੀਆਂ, ਮੋਦੀ ਦੀਆਂ ਵਾਅਦਾ ਖਿਲਾਫੀਆਂ, ਇਹ ਸਭ ਕੁਛ ਲੈ ਕੇ ਜਾਵਾਂਗੇ। ਸਾਨੂੰ ਉਮੀਦ ਹੈ ਕਿ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਪਾਰਟੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ। ਜਿਵੇਂ ਦਿੱਲੀ ਤੋਂ ਸੁਣਨ ਵਾਸਤੇ ਆ ਰਿਹਾ ਹੈ ਵੀ ਜੇ ਆਮ ਆਦਮੀ ਪਾਰਟੀ ਸਮਝੌਤਾ ਕਰਦੀ ਤਾਂ ਅਸੀਂ ਤਾਂ ਛੱਡਾਂਗੇ ਬੰਦੇ ਨਾਲ ਟੁੱਟ ਰਹੇ। ਨਹੀਂ, ਇਸ ਤਰ੍ਹਾਂ ਦੀ ਕੋਈ, ਸਭ ਮੀਡੀਆ 'ਚ ਅਫਵਾਹਾਂ ਚੱਲ ਰਹੀਆਂ ਨੇ। ਦਿੱਲੀ ਦੇ ਵਿੱਚ ਵੀ 6-7 ਉਮੀਦਵਾਰ ਜਿਹੜੇ ਨੇ ਉਹ ਡਿਕਲੇਅਰ ਕਰਤੇ, ਚੋਣ ਪ੍ਰਚਾਰ ਚੱਲ ਰਿਹਾ। ਪੰਜਾਬ ਦੇ ਵਿੱਚ ਵੀ 5 ਰਹਿ ਗਏ, 8 ਹੋ ਗਏ, ਅਤੇ 1-2 ਦਿਨਾਂ 'ਚ ਉਹ ਵੀ ਉਮੀਦਵਾਰਾਂ ਦਾ ਐਲਾਨ ਹੋ ਜਾਵੇ। ਧੰਨਵਾਦ। ਇਸ ਸਮੇਂ ਬਣਿਆ ਹੋਇਆ ਅਕਾਲੀ ਦਲ ਕਾਂਗਰਸ ਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਅੱਜ ਲੋਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾਣ ਯੋਗੇ ਨਹੀਂ ਰਹੇ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ, ਤਾਂ ਕਾਂਗਰਸ ਨੇ ਜਿਹੜੇ ਵਾਅਦੇ ਇੰਨੇ ਵੱਡੇ ਵੱਡੇ ਕੀਤੇ ਸੀ ਕਿ ਨੌਕਰੀਆਂ ਦੇਵਾਂਗੇ, ਆ ਨੌਜਵਾਨ ਖੜੇ ਨੇ, ਅੱਜ ਕੋਈ ਛੁੱਟੀ ਦਾ ਦਿਨ ਵੀ ਨਹੀਂ ਹੈਗਾ। ਉਸੇ ਤਰ੍ਹਾਂ ਜਿਹੜੀਆਂ ਬੁਢਾਪਾ ਪੈਨਸ਼ਨਾਂ ਦੇ ਲਈ ਕਿਹਾ ਸੀ, ਕੋਈ ਵੀ ਵਾਅਦਾ ਜਿਹੜਾ ਤੁਸੀਂ ਦੱਸ ਦਿਓ ਕਿ ਕਾਂਗਰਸ ਨੇ ਜਿਹੜਾ ਹੁਣ ਤੱਕ ਨਿਭਾਇਆ ਹੋਵੇ। ਸੋ ਮੇਰੇ ਜਿਹੜੇ ਜੁਮਲੇ ਨੇ, ਜੋ ਪ੍ਰਸ਼ਾਂਤ ਕਿਸ਼ੋਰ, ਜਿਹੜੇ ਨਰਿੰਦਰ ਮੋਦੀ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਪਿੱਛੇ ਵੀ ਪ੍ਰਸ਼ਾਂਤ ਕਿਸ਼ੋਰ ਸੀ। ਸੋ ਕੈਪਟਨ ਸਾਹਿਬ ਨੂੰ ਜਿਤਾਉਣ ਦੇ ਪਿੱਛੇ ਵੀ ਉਹੀ ਸੀਗਾ। ਸੋ ਹੁਣ ਜਿਹੜਾ ਕਾਂਗਰਸ ਦਾ ਇਹ ਕਹਿਣਾ ਕਿ ਅਸੀਂ ਜਿਹੜਾ ਗਰੀਬ ਤਬਕਾ ਉਹਨਾਂ ਨੂੰ ਜਿਹੜਾ 70-75 ਹਜ਼ਾਰ ਰੁਪਇਆ ਜਿਹੜੀ ਅਸੀਂ ਉਹਨਾਂ ਨੂੰ ਉਹਨਾਂ ਦੀ ਲਈ ਜਿਹੜਾ ਪੈਸਾ ਦੇਵਾਂਗੇ। ਸੋ ਇਸੇ ਤਰ੍ਹਾਂ ਜਿਵੇਂ ਪਹਿਲਾਂ ਮੋਦੀ ਦੇ ਜਿਹੜੇ ਸਾਨੂੰ 15 ਲੱਖ ਰੁਪਇਆ ਆ ਚੁੱਕੇ ਉਹ ਵੀ ਪ੍ਰਸ਼ਾਂਤ ਕਿਸ਼ੋਰ ਹੀ ਦੇ ਰਿਹਾ ਸੀ, ਉਹੀ ਹੁਣ ਜਿਹੜਾ ਕਾਂਗਰਸ ਦੇ ਜਿਹੜੇ ਪ੍ਰਧਾਨ ਰਾਹੁਲ ਗਾਂਧੀ ਜਿਹੜਾ ਵਾਰ ਵਾਰ ਇਹ ਗੱਲ ਕਹਿ ਰਹੇ ਨੇ ਕਿ ਸਾਡੀ ਜਿਹੜੀ ਸਰਕਾਰ ਬਣੇ ਤਾਂ ਅਸੀਂ ਲੋਕਾਂ ਨੂੰ ਉਹ ਕਰਾਂਗੇ। ਸੋ ਨਿਰੇ ਜਿਹੜੇ ਝੂਠੇ ਜਿਹੜੇ ਖੋਖਲੇ ਵਾਅਦੇ ਨੇ, ਸੋ ਇਹਨਾਂ ਨੇ ਕੁਝ ਨਹੀਂ ਕਰਨਾ। ਸਾਡੇ ਸਤਿਕਾਰਯੋਗ MP ਨੇ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਵਿਚਕਾਰ ਬੈਠੇ ਨੇ, 5 ਸਾਲ ਹੋ ਗਏ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ, ਪਰਖ ਰਹੇ ਹਾਂ। ਸੋ ਉਹਨਾਂ ਨੇ ਜਿਹੜੀ ਇਮਾਨਦਾਰ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਆ ਆਮ ਆਦਮੀ ਪਾਰਟੀ ਨੇ ਕੀਤੀ ਹੈ। ਸੋ ਉਸ ਦੇ ਚੱਲਦੇ ਜਿੰਨਾ ਵੀ ਫੰਡ ਆ ਜਿਹੜਾ ਹਰ ਇੱਕ ਪਿੰਡ ਦੇ ਵਿੱਚ ਪਹੁੰਚਿਆ, ਬਕਾਇਦਾ ਜਿਹੜੇ ਪਿੰਡਾਂ ਦੇ ਨਾਮ ਬੂਥ ਲਿਸਟਾਂ ਦੇ ਵਿੱਚ ਨਹੀਂ ਆਉਂਦੇ, ਜਿਨ੍ਹਾਂ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ, ਦੂਸਰੇ ਪਿੰਡ ਜਾ ਕੇ ਵੋਟਾਂ ਪੈਂਦੀਆਂ ਨੇ। ਸੋ ਬੁਲਾ ਕੇ ਉਹਨਾਂ ਨੂੰ ਖੁਦ ਵੀ ਭਾਈ ਤੁਹਾਡੇ ਪਿੰਡ ਦੇ ਲਈ ਜੇ ਕੋਈ ਗ੍ਰਾਂਟ ਚਾਹੀਦੀ ਹੈ ਤਾਂ ਗ੍ਰਾਂਟਾਂ ਜਿਹੜੀਆਂ ਆ ਕੇ ਲੈ ਕੇ ਜਾਓ। ਸੋ ਇਸੇ ਤਰ੍ਹਾਂ ਜਿਹਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਿਹੜੇ ਫਸੇ ਹੋਏ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਨੇ। ਬਹੁਤ ਹੀ ਵਧੀਆ ਜਿਹੜੇ ਉਮੀਦਵਾਰ ਸਾਨੂੰ ਸੰਗਰੂਰ ਤੋਂ ਮਿਲੇ ਨੇ, ਆਪਾਂ ਉਹਨਾਂ ਨੂੰ ਪਰਖ ਵੀ ਚੁੱਕੇ ਹਾਂ। ਸੋ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਪਾਰਟੀ ਦੀ ਇੱਕ ਜਿਹੜੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਜਾਂ ਇੱਕ ਨਵੀਂ ਜਿਹੜੀ ਇਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਆ, ਉਹਦੇ ਕਰਕੇ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਦਾ ਸਾਥ ਦਿਓ। ਸੋ ਇੰਨੀਆਂ ਕੁ ਬੇਨਤੀਆਂ ਨੇ ਜਿਹੜੀਆਂ ਮੇਰੀਆਂ, ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੋਰਦਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਨੇਤਾ ਨਰਿੰਦਰ ਕੌਰ ਭਰਾਜ, ਜੋ ਕਿ ਮੋਹਰੀ ਤੌਰ 'ਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਨਜ਼ਰ ਆਏ। ਇਸ ਮੌਕੇ ਭਗਵੰਤ ਮਾਨ ਨੇ ਅਤੇ 2 ਲੱਖ ਕਰੋੜ ਰੁਪਏ ਦੇ ਕਰਜ਼ੇ ਲੈ ਕੇ ਫਰਾਰ ਹੋਏ ਲੋਕਾਂ ਨੂੰ ਨਰਿੰਦਰ ਮੋਦੀ ਅਤੇ BJP ਦੇ ਸਾਥੀ ਹੋਣ ਦਾ ਦੋਸ਼ ਵੀ ਲਾਇਆ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਦਾ ਹੀ ਤੁਹਾਡੇ ਨਾਲ ਖੜੀ ਹੈ ਅਤੇ ਉਹਨਾਂ ਦੇ ਵੱਧ ਤੋਂ ਵੱਧ ਕੈਂਡੀਡੇਟਾਂ ਨੂੰ ਜਿਤਾ ਕੇ ਕਾਮਯਾਬ ਕਰੋ ਤਾਂ ਕਿ ਪੰਜਾਬ ਦੇ ਵਿੱਚ VIP ਕਲਚਰ ਖਤਮ ਹੋ ਸਕੇ ਅਤੇ ਜੋ ਰਾਜਨੀਤਿਕ ਲੋਕ 2-3 ਹਜ਼ਾਰ ਰੁਪਇਆ ਦੀ ਨੋਟਬੰਦੀ ਜੀ ਕਰਕੇ ਉਹ ਵੀ ਲੈ ਗਏ। ਦੱਸੋ ਕੀ ਫਾਇਦਾ ਹੋਇਆ ਨੋਟਬੰਦੀ ਦਾ? ਕੋਈ ਫਾਇਦਾ ਨਹੀਂ। ਸੋ ਵੀਰੋ, ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਤੁਹਾਡੇ 'ਚ ਹੀ ਰਵਾਂਗੇ। ਪੈਸੇ ਕਮਾਉਣ ਨਹੀਂ ਆਏ, ਕਮਿਸ਼ਨ ਖਾਣ ਨਹੀਂ ਆਏ, ਰਿਸ਼ਵਤਾਂ ਲੈਣ ਨਹੀਂ ਆਏ। ਇਹ ਤਾਂ ਭਾਲਦੇ ਫਿਰਦੇ ਨੇ ਭਗਵੰਤ ਮਾਨ ਦੇ ਖਿਲਾਫ਼ ਕੁਛ ਮਿਲ ਜੇ, ਇੰਨਾ ਕੁ ਮਿਲ ਜੇ, ਉਹਨੂੰ ਇੰਨਾ ਕੁ ਬਣਾ ਬਣਾ ਕੇ ਪਰਚਾ ਪਾ ਕੇ ਮਾਰੋ ਅੰਦਰ ਇਹਨੂੰ, ਫਿਰ ਇਹ ਨਹੀਂ ਇਹਨੂੰ ਕੁਛ ਲੱਭੇ ਨਹੀਂ ਕੁਛ ਹਜੇ ਤੱਕ। ਤੁਹਾਡੇ ਨਾਲ ਤੁਹਾਡੇ ਵਰਗੇ ਆ ਜੀ,
बार बार कहूंगा, अकाली दल जो बेअदबी च नाम आया पिंडां च फड़न नहीं दिंदे लोग, उन्होंने दस बंदे नहीं लभ रहे चोणां लड़न वास्ते, तीन तां बीजेपी आए ने। सुखबीर बादल घर घर जांदा फिरदा, तां है तू लड़ ला चाचा तू लड़ लो, छड़ रहे हालत है। सो कांग्रेसी भी इधर उधर फिरते हैं, लोगों तक कला मैं ही फिरदा, वो तो नहीं आए होने, अरे वो नहीं आते हजे, टिकट नहीं मिली, बिना टिकट तो आने का की फायदा है, बस आउणगे हुण पई। अज किन्ने दिन रह गए, अज किन्नी होगी, चार तीन अठाई है ते उन्नी हो, ज्यादा दिन पैने तो फिर उन्होंने वास्ते संताली हो गए, महीना कहे तो महीना फैबीकोल हथ ए हथ बन गए, रोटी भी अं खान गए, सौन गए भी अं। थाने जावांगे कहणगे उत्थे दफ्तर वाले भी पहला जो तुसीं सरपंच बनाए थी तुसीं बनाए थी ना, भी सानूं तां शर्म आउंदी आ, भी असीं कहांगे भी हाँ पहला इह सरपंच बनाता हुण इहदे रिपोर्ट दिंदे आ, इह गल्लां किधर दीआं ने बई। ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਕੌਣ ਨੇ, ਕਿਹੜੀ ਪਾਰਟੀ ਤੋਂ ਨੇ? ਬਾਜੀਗੀਰਾਂ ਦਾ ਮੁੰਡਾ ਸੀ ਬਾਈ। ਕਿਹੜੀ ਪਾਰਟੀ ਤੋਂ? ਅਕਾਲੀ। ਅਕਾਲੀ ਚੀਤੀ। ਹੁਣ ਕਰਨੀ ਹੁਣ ਮੌਜੂਦਾ ਸਰਪੰਚ ਕੌਣ ਨੇ? ਹੁਣ ਵੀ ਬਾਜੀਗੀਰਾਂ ਦਾ ਹੀ ਮੁੰਡਾ ਬਾਈ ਐਸਪੀ ਜੀ। ਕਾਲਾ ਰਾਮ ਜੀ। ਕਿਹੜੀ ਪਾਰਟੀ ਤੋਂ? ਪਾਰਟੀ ਕਿਹੜੀ? ਕਾਂਗਰਸ ਪਾਰਟੀ ਦੇ ਐਮਸੀ ਸਾਹਿਬ ਨੇ ਕੁਝ ਕੀਤਾ ਤੁਹਾਡੇ ਲਈ? ਹੁਣ ਐਸਪੀ ਨੇ ਮੈਂ ਕਰਿਆ ਨਹੀਂ ਬਾਈ, ਐਸਪੀ ਨਹੀਂ ਮੈਂ ਕੰਮ ਕਰਿਆ, ਪਹਿਲਾਂ ਕਰਿਆ ਹੈ ਮੇਰਾ। ਨਹੀਂ ਉਹਨਾਂ ਨੇ ਸਰਪੰਚ ਸਾਹਿਬ ਨੇ